पंजाब दे नवे एडवोकेट जनरल डॉक्टर अनमोल रतन सिद्धू साडे नाल ने। सर बहुत बहुत मुबारकबाद, किद्दां देखदे हो जिहड़ी रिस्पोंसिबिलिटी दित्ती है आम आदमी पार्टी जिहड़ी पंजाब दे विच हुण सरकार सत्ता दे विच है, किवें निभाओगे? बहुत अच्छे तरीके नाल। ये देखो जिहड़ा नारा साडे सीएम साहब ने जां पार्टी ने दित्ता है इनकलाब जिंदाबाद, उस दे तरीके नाल चोलचे चोलबे चलता है चलता रहेगा। नाम तो ਤੁਹਾਡਾ पहले आ गया सी, नोटिफिकेशन नहीं आई सी, उम्मीद सी कि यही रहेगा या फिर जिवें पहले हुंदा सी बदल लेना सी। ये पार्टी दा डिसीजन है, बड़ा स्ट्रांग डिसीजन है। दिस पार्टी विल बी नोन फॉर दीस थिंग्स। या ये नहीं भी आज कोई होर चीज होगी या कल कोई होर चीज। चैनल सी, चैनल दे विच कम चलदा। आरोप लगते रहे हमेशा सरकारां ते कि जिहड़े उहनां दे एजीज रहिंदे ने ओह सही तरीके दे नाल केस नहीं सांभदे, इस करके जिहड़े केसेस पंजाब सरकार नहीं जित पांदी। देखो जी, मैं तां ਆਪਦਾ ਟੈਨਿਓਰ ਦੇ ਬਾਰੇ ਦੱਸ ਸਕਦਾ, ਮੈਂ ਕਿਸੇ ਦੇ ਬਾਰੇ ਕਿਵੇਂ ਕਮੈਂਟ ਕਰ ਸਕਦਾ। ਉਹਨਾਂ ਨੇ ਜੋ ਵੀ ਕੀਤਾ ਜਾਂ ਜਿਵੇਂ ਵੀ ਕੀਤਾ ਮੈਨੂੰ ਨਹੀਂ ਪਤਾ ਕੋਈ ਕੁਛ ਵੀ। ਮੇਰੇ ਖਿਆਲ ਤਾਂ ਵਧੀਆ ਕੀਤਾ ਉਹਨਾਂ ਹਰ ਇੱਕ। ਦੇਖੋ ਸਾਰੇ ਅਸੀਂ ਵੀ ਬਿਲੋਂਗ ਟੂ ਵਨ ਕਮਿਊਨਿਟੀ, ਵਨ ਲੀਗਲ ਫਿਡਰੈਲਿਟੀ। ਆਲ ਡੂ ਦੇਅਰ ਵਰਕ ਅਕੋਰਡਿੰਗ ਟੂ ਦੇਅਰ ਓਨ ਸਿਸਟਮ, ਓਨ ਵੇ ਆਫ ਵਰਕਿੰਗ। ਪਰ ਮੈਂ ਤਾਂ ਇਹੀ ਹੈ ਕਿ ਮੈਂ ਆਪਦਾ ਜੋ ਮੇਰੀ ਸਟੇਟ ਜਾਂ ਮੇਰੀ ਗਵਰਨਮੈਂਟ, ਮੇਰੇ ਚੀਫ ਮਿਨਿਸਟਰ ਜੋ ਮੈਨੂੰ ਕਹਿਣਗੇ ਉਹਦੇ ਲਈ ਇਨ ਅਕੋਰਡੈਂਸ ਵਿਦ ਲਾਅ ਬੈਸਟ ਇੰਟਰਸਟ ਜਿੰਨਾ ਮੈਂ ਪ੍ਰੋਵਾਈਡ ਕਰ ਸਕਦਾ ਪੰਜਾਬ ਦੀ ਜਨਤਾ ਨੂੰ, ਪੰਜਾਬ ਦੇ ਲੋਕਾਂ ਨੂੰ, ਉਵੇਂ ਪ੍ਰੋਵਾਈਡ। ਚੁਣੌਤੀਆਂ ਬਹੁਤ ਨੇ, ਬਹੁਤ ਵੱਡੇ ਕੇਸਿਸ ਨੇ, ਚਾਹੇ ਉਹ ਡਰੱਗਸ ਦਾ ਮਾਮਲਾ ਹੋਵੇ, ਬੇਅਦਬੀ ਮਾਮਲਾ ਹੋਵੇ, ਸੁਪਰੀਮ ਕੋਰਟ ਦੇ ਵਿੱਚ ਵੀ ਕਈ ਕੇਸਿਸ ਨੇ। ਕਦ ਤੋਂ ਸਿਰਫ ਕੰਮ ਸ਼ੁਰੂ ਹੋ ਜਾਏਗਾ ਤੇ ਕਿੰਨੇ ਚੈਲੇਂਜਸ? ਕੱਲ੍ਹ ਤੋਂ ਹੀ ਸ਼ੁਰੂ ਹੋ ਜਾਏਗਾ। ਮੈਂ ਜਿੰਨੇ ਚੈਲੇਂਜਸ ਆ ਬੜੇ ਬੋਲਡਲੀ ਐਕਸੈਪਟ ਕਰਾਂਗੇ ਤੇ ਬੋਲਡਲੀ ਰੀਪ੍ਰਜੈਂਟ ਕਰਾਂਗੇ ਤੇ ਬੋਲਡਲੀ ਅਸੀਂ ਉਸ ਨੂੰ ਰਿਜ਼ਲਟ ਓਰੀਐਂਟਡ ਅਪਰੋਚ ਕਰਨੀ ਜਾਂ ਉਸ ਸਾਈਡ ਕਰਨੀ ਲੈ ਕੇ ਜਾਵਾਂਗੇ। ਅਖੀਰਲੀ ਸਵਾਲ, ਨਈ ਕੈਬਨਿਟ ਬਣੀ ਹੈ? ਬਹੁਤ ਵਧੀਆ, ਬਹੁਤ। ਦੇਖੋ ਤੁਸੀਂ ਖੁਦ ਨਹੀਂ ਦੇਖਿਆ ਚਿਹਰਿਆਂ ਦਾ ਨੂਰ, ਡਾਇਨਾਮਿਜ਼ਮ ਹੈ ਸਭ। 10 ਦੇ 10 ਸਾਡੇ ਜਿਹੜੇ ਮਿਨਿਸਟਰਸ ਅੰਡਰ ਦੀ ਏਬਲ ਕਮਾਂਡ, ਚੀਫ ਮਿਨਿਸਟਰ ਸਾਹਿਬ ਜਾਂ ਗਵਰਨਮੈਂਟ ਜਾਂ ਪਾਰਟੀ ਨੇ ਜਿਵੇਂ ਚੁਣੇ ਹੈ, ਦੇਖੋ ਉਹਨਾਂ ਦੇ ਸਾਰੇ ਕੰਮ ਕਰਨ ਦੇ ਸਦਮੇ ਕਰਨਗੇ, ਬਾਕੀ ਵੀ ਕਰਨਗੇ। ਕੋਈ ਇਹ ਗੱਲ ਨਹੀਂ ਵੀ ਜੇ 10 ਹੀ ਬਣ ਗਏ ਤਾਂ ਬਾਕੀ ਨਹੀਂ ਬਣੇ, ਸਾਰੇ ਹੀ ਮਿਨਿਸਟਰ, ਕੋਈ ਇਹੋ ਜਿਹੀ ਗੱਲ ਨਹੀਂ। ਤਾਂ ਜਿਵੇਂ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਕਿਹਾ ਵੀ ਤੁਸੀਂ ਸਾਰੇ 3 ਕਰੋੜ ਲੋਕ ਪੰਜਾਬ ਦੇ ਚੀਫ ਮਿਨਿਸਟਰ ਹੋ, ਤਾਂ ਸੇਮ ਇਜ਼ ਵਿਦ ਰਿਗਾਰਡ ਟੂ ਦੀ ਗਵਰਨਮੈਂਟ। ਥੈਂਕ ਯੂ। ਤੇ ਸੀਗੇ ਸਾਡੇ ਨਾਲ ਡਾਕਟਰ ਅਨਮੋਲ ਰਤਨ ਸਿੱਧੂ, ਜਿਨ੍ਹਾਂ ਨੇ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਭਗਵੰਤ ਮਾਨ ਮੁੱਖ ਮੰਤਰੀ ਨੇ ਦਿੱਤੀ ਹੈ ਉਸ ਨੂੰ ਨਿਭਾਉਣਗੇ, ਤੇ ਜਿਹੜੇ ਪੰਜਾਬ ਦੇ ਕੇਸਿਸ ਨੇ, ਖਾਸ ਕਰ ਕਈ ਅਜਿਹੇ ਕੇਸਿਸ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ ਵੀ ਚੱਲ ਰਹੇ ਨੇ, ਉਹਨਾਂ ਨੂੰ ਪ੍ਰਾਇਓਰਿਟੀਜ਼ ਦੇ ਨਾਲ ਚੁਣੌਤੀਆਂ ਨੂੰ ਸਮਝਦੇ ਹੋਏ ਉਹਨਾਂ ਨੂੰ ਜਿਹੜਾ ਲੜਨਗੇ। ਕੈਮਰਾ ਪਰਸਨ ਅਜੇ ਸਿੰਘ ਰਾਣਾ ਦੇ ਨਾਲ ਪੂਜਾ ਵਰਮਾ, ਪੰਜਾਬ ਟੂਡੇ।